ਰੀਵੀ ਇੰਡੀਆ ਦੇ ਵਿਸ਼ੇਸ਼ ਪ੍ਰੋਗਰਾਮ ਪਕਾਰ ਦੇ ਵਿੱਚ ਅੱਜ ਸੀ ਉਸ ਪਰਿਵਾਰ ਨੂੰ ਮਿਲੌਣ ਜਾ ਰਹੇ ਹੈਗੇ ਜਿੱਥੇ ਕਿ ਮੀਆਂ ਬੀਬੀ ਰਹਿ ਰਹੇ ਹੈਗੇ ਬਿਲਕੁਲ ਉਹਨਾਂ ਦੇ ਔਲਾਦ ਵੀ ਨਾ ਹੋਣ ਕਰਕੇ ਜਿਹੜਾ ਹੈਗਾ ਦੁੱਖਾਂ ਦਾ پہاਟ ਹੋਇਆ ਹੋਇਆ ਹੈਗਾ ਜਿੱਥੇ ਕਿ ਇੱਕ ਬਜ਼ੁਰਗ ਇੱਕ ਬਜ਼ੁਰਗ ਔਰਤ ਦੋਨੇ ਜਣੇ ਹੈਗੇ ਆਪਦਾ ਗੁਜ਼ਾਰਾ ਕਰ ਰਹੇ ਹੈਗੇ ਬਜ਼ੁਰਗ ਔਰਤ ਦੀ ਜਿਹੜੀ ਹੈਗੀ 슈ਗਰ ਦੀ ਬਿਮਾਰੀ ਕਾਰਨ ਜਿਹੜੀ ਲੱਤ ਕੱਟਣ ਤੋਂ ਬਾਅਦ ਜਿਹੜਾ ਹੈਗਾ ਬਜ਼ੁਰਗ ਪਤੀ ਜਿਹੜਾ ਹੈਗਾ ਉਹਦੀ ਸਾਂਭ ਸੰਭਾਲ ਕਰ ਰਿਹਾ ਹੈਗਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਕਿਸ ਤਰ੍ਹਾਂ ਦੇ ਹਾਲਾਤ ਕੀ ਹੈਗੇ ਉਹਨਾਂ ਦੇ ਪਰਿਵਾਰ ਦੇ ਹਾਂਜੀ ਕੀ ਤੁਹਾਡਾ ਨਾਮ ਮੰਤ ਸੈਡਿਕ ਕਿਦੋਂ ਤਾਂ ਤੁਸੀਂ ਤੇ ਮਲੋੜ ਦੇ ਵਿੱਚ ਰਹਿ ਰਹੇ ਹੋਗੇ ਉਹ ਕੀ ਹਾਲਾਤ ਕੀ ਹੈਗੀ ਆ ਤੁਹਾਡੇ ਲਾਦ ਵੀ ਹੈ ਨੀਗੀ ਅੱਜ ਜਿਹੜੀ ਹੈਗੀ ਤੁਹਾਡੀ ਪਤਨੀ ਦੀ ਜਿਹੜੀ ਲੱਤ ਕੱਟਣੀ ਪਈ ਕੀ ਬਿਮਾਰੀ ਕੀ ਸੀਗੀ ਉਹਨਾਂ ਨੂੰ ਉਹ ਜੀ ਮੈਂ ਬਠੰਡੇ ਦਾਖਲ ਕਰਾਈ ਸੀ ਬਡਿਆਲ ਦੇ ਵਿੱਚ ਉਹਨਾਂ ਨੇ ਡੇਢ ਕਿ ਮਹੀਨਾ ਰੱਖੀ ਉਹ ਲੱਤਾਂ ਫਿਰ ਉਹਦੇ ਵੀ ਕੱਟਣੀ ਪਊਗੀ ਤੇ ਪਹਿਲਾਂ ਉਹਨਾਂ ਨੇ ਬਚਾਅ ਕੀਤਾ ਮਗਰ ਨਹੀਂ ਹੋਇਆ ਪਹਿਲੇ ਤਿੰਨ ਗੋਲਾਂ ਕੱਟੀਆਂ ਉਸ ਪੱਟੀਆਂ ਵੀ ਕਰਦੇ ਬੈ ਸੂਤ ਨਹੀਂ ਆਇਆ ਫਿਰ ਉਹਨਾਂ ਨੇ ਕਿਹਾ ਜੀ ਅੰਕਲ ਜੀ ਲੱਤ ਕੱਟਣੀ ਪਊ ਮੈਂ ਕਿਹਾ ਜੀ ਫਿਰ ਕੱਟ ਦਿਓ ਉਹ ਆਦੇ ਐਵੇਂ ਬਜਦੀ ਨਹੀਂ ਮੈਂ ਠੀਕ ਹੈ ਜੀ ਕਿਹਨੋਂ ਪਰਵਾਜ਼ ਤੁਰਿ ਫਿਰੂਗੀ ਆ ਗੱਲ ਆ ਜੀ ਦੋ ਜੀ ਆ ਜੀ ਸਾਡੇ ਕੋਈ ਜਵਾਕ ਨਹੀਂ ਕੋਈ ਸਾਡੇ ਭੈਣ ਭਰਾ ਕੋਈ ਸਾਨੂੰ ਸਾਥ ਨਹੀਂ ਦਿੰਦਾ ਆ ਜੀ ਦੋ ਜੀ ਆ ਜੀ ਤੇ ਮਕਾਨ ਆ ਜਿਹੜਾ ਕਿਸੇ ਨੇ ਹੂੰ ਦਿੱਤਾ ਸਾਨੂੰ ਕਿਸੇ ਨੇ ਅਜੇ ਤਾਈ ਸਾਡੀ ਗੱਲ ਹੀ ਨਹੀਂ ਪੁੱਛੀ ਕਿਸੇ ਨੇ ਕੀ ਕੀ ਗੁਜ਼ਾਰਾ ਕੀ ਕਰਦੇ ਸੀਗੇ ਤੁਹਾਡਾ ਪੇਸ਼ਾ ਕੀ ਸੀਗਾ ਪਹਿਲਾਂ ਜਿਹੜਾ ਕਰ ਰਹੇ ਸੀ ਹੁਣ ਜਿਵੇਂ ਉਹਨਾਂ ਨੂੰ ਲੈ ਕੇ ਤੁਸੀਂ ਰਕਸ਼ੇ ਦੇ ਉੱਤੇ ਲੈ ਜਾ ਰਹੇ ਹੋਗੇ ਹੁਣ ਤੁਹਾਡੀ ਰੋਟੀ ਕੋ ਪੈਂਕ ਦਾ ਕੀ ਸਾਧਨ ਕੀ ਹੈ ਰੋਟੀ ਦਾ ਜੀ ਬਸ ਕਦੇ ਮੈਂ ਪਕਾ ਲ ਜਾਨਾ ਵੈਸੇ ਲੰਗਰ ਵੀ ਆਉਂਦਾ ਮੜਾ ਮੋਟਾ ਉੱਥੇ ਵੀ ਮਿਲ ਜਾਂਦਾ ਸਾਨੂੰ ਪਰ ਸਾਨੂੰ ਮੁਸ਼ਕਲ ਇਹ ਹੋ ਗਿਆ ਜੀ ਵੀ ਮੈਨੂੰ ਖਿੱਚ ਕੇ ਲੈ ਜਾਣਾ ਪੈਂਦਾ ਰਕਸ਼ੇ ਦੇ ਉੱਤੇ ਕੋਈ ਮੈਥੋਂ ਨਾ ਰੱਖਸ਼ਾ ਚੱਲਦਾ ਹੈ ਮੈਨੂੰ ਲੈਟਰ ਨੂੰ ਪਸ਼ਾਬ ਦਿਨ ਰਾਤ ਇਹਦੇ ਕੋਲੇ ਹੀ ਰਹਿਣਾ ਜੀ ਅਸੀਂ ਦੋ ਹੀ ਜੀਆਂ ਹੋਰ ਕੋਈ ਬੰਦੇ ਨੇ ਸਾਨੂੰ ਨਾ ਕੋਈ ਬੱਚਾ ਹੈ ਨਾ ਕੋਈ ਸਾਡੇ ਕੋਈ ਲੜਕੀ ਹੈ ਨਾ ਸਾਨੂੰ ਕਿਸੇ ਨੇ ਸਾਥ ਦਿੱਤਾ ਹੈ ਨਾ ਹੀ ਸਾਨੂੰ ਕਿਸੇ ਨੇ ਮਕਾਨ ਦਿੱਤਾ ਹੈ ਕਾਗਜ਼ ਹੀ ਭਰੇ ਆ ਜੀ ਮੈਂ ਮੈਨੂੰ ਆਦੇ ਜੀ ਜਿਹਦੇ ਕੋਲੇ ਕੁਝ ਹੈ ਨਹੀਂਗਾ ਉਹਨੂੰ ਕੁਝ ਨਹੀਂ ਮਿਲਦਾ ਜੀ ਕਮੇਟੀ ਜੀ ਭਰੇ ਹੋਏ ਆ ਫਾਰਮ ਮੈਂ ਕਾਪੀ ਭਰੀ ਸੀ ਕਿ ਉਹ ਫਾਇਲ ਪਰ ਉਹਨਾਂ ਨੇ ਸਾਨੂੰ ਜਵਾਬ ਇਹ ਦਿੱਤਾ ਮੈਂ ਖਾਜੀ ਪਰਚੀ ਕੱਢ ਦੋ ਮੈਂ ਭੁੱਲ ਗਿਆ ਸੀ ਉਹ ਆਵੇ ਅੱਗੇ ਹੁਣ ਜਦੋਂ ਸਹੂਲਤ ਹੀ ਹੈ ਨਹੀਂ ਗਰੀਬ ਨੂੰ ਜਿਹਦੇ ਕੋਲੇ ਕੁਝ ਹੈ ਨਹੀਂ ਤੇ ਅਸੀਂ ਤੁਹਾਨੂੰ ਪਰਚੀ ਕੀ ਦੇਈਏ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਮੇਟੀ ਜੋਂ ਵੀ ਮੇਰਾ ਕਹਿੰਦਾ ਮਤਲਬ ਹੈ ਵੀ ਪਲਾਟ ਦੀ ਰਜਿਸਟਰੀ ਮੰਗਦੇ ਹੈਗੇ ਰਜਿਸਟਰੀ ਦੇ ਵਿੱਚੋਂ ਫਿਰ ਪਲਾਟ ਦਿੱਤਾ ਕਿ ਪਰ ਤੁਹਾਡੇ ਕੋਲ ਤਾਂ ਕੁਝ ਪਲਾਟ ਤੱਕ ਵੀ ਹੈ ਨਹੀਂਗਾ ਤੇ ਫਿਰ ਸਾਡੇ ਕੋਲੇ ਜੀ ਕੁਝ ਵੀ ਨਹੀਂ ਸਾਡੇ ਕੋਲੇ ਤਾਂ ਇੱਕ ਰੱਖਸ਼ਾ ਹੈ ਜਿਹੜਾ ਆਪਦਾ ਜਿਹੜਾ ਟਾਈਮ ਪਾਸ ਇਹਨੂੰ ਲਜਾਣਾ ਲੈਉਣਾ ਪੱਟੀ ਵੀ ਕਰਾ ਲੈਣਾ ਤੇ ਹਸਪਤਾਲ ਦੇ ਵਿੱਚ ਵੀ ਰਹਿੰਨੇ ਆ ਜੇ ਦੁੱਧ ਪਾਣੀ ਕਿਤੋਂ ਲੈਉਣਾ ਤਾਂ ਅਸੀਂ ਰਖਸ਼ਾ ਲੈ ਜਾਨਾ ਹੋਰ ਸਾਤ ਕੋਈ ਕਾਰੋਬਾਰ ਹੈ ਨਹੀਂਗਾ ਸਾਡੇ ਕੋਲੇ ਜ਼ਮੀਨ ਜਾਇਦਾਦ ਕੁਝ ਵੀ ਹੈ ਨਹੀਂਗੀ ਸਰਕਾਰ ਸਹੂਲਤਾ ਦਿੰਦੀ ਹੈਗੀ ਉਹ ਪੈਨਸ਼ਨ ਨੂੰ ਲੈ ਕੇ ਆ ਜਾਂ ਜੇ ਕੋਈ ਹੋਰ ਮਗਾਈਆਂ ਹੈਗੀਆਂ ਵੀ ਗਰੀਬ ਨੂੰ ਲੋੜਵੰਦਾ ਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਕੋਈ ਸਰਕਾਰ ਨੇ ਜਿਵੇਂ ਕਿਤੇ ਹਲਕੇ ਦੇ ਥੋੜੇ ਮਲੋੜ ਦੇ ਡਿਪਟੀ ਸਪੀਕਰ ਹੈਗੇ ਆ ਉਹਨਾਂ ਤੱਕ ਵੀ ਕੋਈ ਪਹੁੰਚ ਕੀਤੀ ਹੈਗੀ ਕਿਸੇ ਸਮਾਜ ਸੇਵੀ ਸੰਸਥਾ ਨੇ ਜਿਸ ਸਰਕਾਰ ਨੇ ਮਦਦ ਕੀਤੀ ਉਹ ਜੀ ਸਾਨੂੰ ਕੋਈ ਦੱਸਦਾ ਜੀ ਨਾਲ ਪੜ ਬੰਦੇ ਆ ਸਾਨੂੰ ਕੋਈ ਦੱਸੇ ਤਾਂ ਤਾਂ ਹੀ ਅਸੀਂ ਉਹਨਾਂ ਕੋਲੇ ਪਹੁੰਚ ਗਏ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਨਾ ਹੀ ਕੋਈ ਐਮਸੀਆਂ ਨੇ ਨਾ ਹੀ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੁਣ ਸਾਨੂੰ ਆ ਵੀ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਜੀ ਕਿਵੇਂ ਟਿਮੇ ਟਾਈਮ ਕਿਵੇਂ ਪਾਸ ਹੁੰਦਾ ਹੈਗਾ ਬੇਸ਼ੱਕ ਪਹਿਲਾਂ ਤੁਸੀਂ ਰਕਸ਼ਾ ਚਲਾ ਕੇ ਚਲੋ ਦੋ ਰੋਟੀ ਦੀ ਕਮਾਈ ਕਰ ਲੈਂਦੇ ਸੀ ਪਰ ਹੁਣ ਜਿਹੜਾ ਹੈਗਾ ਆਪਣੀ ਪਤਨੀ ਨੂੰ ਤਾਂ ਸਿਰਫ ਉਹਦੀ ਦਵਾਈ ਬੂਟੀ ਦੀ ਪੱਟੀ ਲੁਕਰਾਉਣ ਲਈ ਜਿਆ ਸਾਰਾ ਗੱਦਨ ਗੁਜਰ ਜਾਂਦਾ ਹੈਗਾ ਤੁਹਾਡਾ ਰੋਟੀ ਪਾਣੀ ਦਾ ਕਿਵੇਂ ਗੁਜ਼ਾਰਾ ਕਿਵੇਂ ਕਰਦਾ ਪੈਸੇ ਥੱਲੇ ਦੱਕੀ ਇਹ ਗੁਜ਼ਾਰਾ ਕਿਵੇਂ ਹੁੰਦਾ ਜੀ ਪਹਿਲਾਂ ਮੈਂ 100-150 ਰੁਪਿਆ ਰਕਸ਼ੇ ਤੇ ਕਮਾ ਲੈਂਦਾ ਸੀ ਦੋਵੇਂ ਜੀ ਵਧੀਆ ਮਕਾਨ ਦਾ ਕਿਰਾਇਆ ਵੀ ਭਰੀ ਜਾਂਦਾ ਸੀ ਸਾਰਾ ਕੁਝ ਹੋ ਜਾਂਦਾ ਸੀ ਅੱ ਲੱਤ ਕਟਣੇ ਕਰਕੇ ਜੀ ਅਸੀਂ ਮਜਬੂਰ ਹੋ ਗਏ ਆ ਤੇ ਸਾਡੇ ਕੋਲੇ ਕੋਈ ਵੀ ਆਸਰਾ ਹੈ ਨਹੀਂ ਬਿਲਕੁਲ ਜਿਹੜਾ ਹੁਣ ਮੈਂ ਕਮਾ ਵੀ ਨਹੀਂ ਸਕਦਾ ਘਰਦਿਆਂ ਨੂੰ ਹੀ ਸੰਭਾਲਦਾ ਜੀ ਬਸ ਕੀ ਮੰਗ ਕੀ ਕਰਦੇ ਹੋਗੇ ਸਰਕਾਰਾਂ ਤੋਂ ਸਮਾਜ ਸੇਵੀ ਸੰਸਥਾ ਤੋਂ ਕੀ ਮੰਗ ਕਰਦੇ ਹੋ ਵੀ ਤੁਹਾਡੀ ਜਿਹੜੀ ਆ ਆਰਥਿਕ ਤੌਰ ਤੇ ਮਦਦ ਕਰਨ ਤਾਂ ਜੋ ਤੁਸੀਂ ਆਪਣੇ ਦੋਵੇਂ ਜੀ ਜਿਹੜਾ ਗਿਆ ਆਪਣਾ ਅਗਲਾ ਜੀਵਨ ਬਿਸਰ ਕਰ ਸਕੋ ਅਸੀਂ ਵੀ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਸਾਡਾ ਕੋਈ ਸੋਚਣ ਗਰੀਬਾਂ ਦਾ ਵੀ ਇਹਨਾਂ ਦਾ ਕੋਈ ਅੱਗਾ ਪਿਛਾ ਹੈ ਨਹੀਂ ਕੋਈ ਸਾਡੀ ਮਦਦ ਕਰਨ ਕਿਸੇ ਹਿਸਾਬ ਚ ਵੀ ਕਰਨ ਤੇ ਕਰਦੇ ਨੇ ਮਦਦ ਜਿਹੜੀ ਜਿਹੜੀ ਕਿ ਇੱਕ ਵੜਾਪਾ ਪੈਨਸ਼ਨ ਲੱਗਦੀ ਹੈਗੀ ਬੜਾਪਾ ਪੈਨਸ਼ਨ ਥੋੜੀ ਲੱਗੀ ਹੈ ਮਿਲ ਰਹੀ ਹੈਗੀ ਲੱਗੀ ਆ ਜੀ ਬੜਾਪਾ ਪੈਨਸ਼ਨ ਸਾਡੀ ਲੱਗੀ ਆ ਜੀ ਦੋਆਂ ਦੀ ਉਦੋਂ ਮੈਂ ਲਵਾ ਲਈ ਸੀ ਮੈਂ ਚਲੋ ਜੀ ਪਤ ਨਸ ਕੇ ਤੇ ਹੋਰ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਜੀ ਪਰ ਕੀ ਲੱਗਦਾ ਹੈਗਾ ਕਿ ਬੜਾਪਾ ਪੈਂਚੇ ਜਿਹੜੀ ਹੈਗੀ ਮਿਲਦੀ ਹੈਗੀ ਪਹਿਲਾਂ 750 ਮਿਲਦੀ ਸੀ ਹੁਣ ਇਸ ਚੰਨੀ ਨੇ ਵਧਾਈ ਹੈਗੀ 1500 ਕੀਤੀ ਹੈ ਪਰ ਉਹ ਤਾਂ ਤੁਹਾਡਾ ਦਵਾਈ ਬੂਟੀ ਤੇ ਲੱਗ ਜਾਂਦਾ ਹੁਣ ਉਹਨਾਂ ਜਾਂਚੀ ਲੱਗ ਜਾਂਦਾ ਪਰ ਰੋਟੀ ਤੇ ਨੂਨ ਮਿਰਚ ਦਾ ਕਿਵੇਂ ਕਰਦੇ ਹਾਂ ਨੂਨ ਮਿਰਚ ਦਾ ਜੀ ਕਿਵੇਂ ਕਰੀਏ ਕਈ ਵਾਰੀ ਕੋਈ ਸਾਨੂੰ ਸੱਜਣ ਮਿੱਤਰ ਕੋਈ 2-400 ਦੇ ਵੀ ਜਾਂਦਾ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਇਹ ਸਿਗੇ ਬਜ਼ੁਰਗ ਮੰਦਰ ਸਿੰਘ ਜਿਹੜੇ ਕਿ ਪਹਿਲਾਂ ਇੱਕ ਰਕਸ਼ਾ ਚਲਾ ਕੇ ਜਿਹੜਾ ਹੈਗਾ ਆਪਣੇ ਦੋਹਾਂ ਜੀ ਆਪਦਾ ਰੋਟੀ ਪਾਣੀ ਦਾ ਗੁਜ਼ਾਰਾ ਕਰ ਲੈਂਦੇ ਸੀ ਪਰ ਜਿਹੜਾ ਗਿਆ ਪਤਨੀ ਨੂੰ ਸ਼ੂਗਰ ਹੋਣ ਤੇ ਜਿਹੜਾ ਕਿ ਡਾਕਟਰਾਂ ਨੇ ਉਹਦੀ ਲੱਤ ਕੱਟ ਦਿੱਤੀ ਗਈ ਪਤਨੀ ਦੀ ਸਾਂਭ ਸੰਭਾਲ ਕਰਕੇ ਬੜੇ ਦੁਖੇ ਟਾਈਮ ਪਾਸ ਕਰ ਰਹੇ ਹੈਗੇ ਇਹਨਾਂ ਨੇ ਸਮਾਜ ਸੇਵੀ ਅਤੇ ਸਰਕਾਰਾਂ ਤੋਂ ਗਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਬੇਸ਼ੱਕ ਮੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਜਿਹੜੀ ਹੈ ਗਰੀਬਾਂ ਨੂੰ ਮਕਾਨ ਬਣਾ ਕੇ ਪਲਾਟ ਦੇਣ ਦੇ ਦਾਅਵੇ ਤਾਂ ਜਰੂਰ ਕਰਦੀ ਹੈ ਪਰ ਜਦੋਂ ਇਹਨਾਂ ਨੇ ਕਿਹਾ ਕਾਗਜ਼ ਪਰ ਦਿੱਤਾ ਉੱਥੇ ਇੱਕ ਪਲਾਟ ਦੀ ਰਜਿਸਟਰੀ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਕੋਲ ਪਲਾਟ ਹੀ ਹੁੰਦਾ ਤਾਂ ਅਸੀਂ ਮਕਾਨ ਬਣਾ ਲੈਂਦੇ ਪਰ ਉੱਥੋਂ ਵੀ ਇਹਨਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈਗਾ ਇਹਨਾਂ ਨੇ ਮੰਗ ਕੀਤੀ ਹੈ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ living ideally in DLU, one piece in the load